ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਦੋ ਪੰਜਾਬੀ ਟਰੱਕ ਡਰਾਈਵਰਾਂ ਨੂੰ $37,50,000 ਦੀ ਕੋਕੀਨ ਸਣੇ ਕਾਬੂ ਕੀਤਾ ਗਿਆ। ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅਫਸਰਾਂ ਨੇ ਦੱਸਿਆ ਕਿ ਬਲੂ ਵਾਟਰ ਬ੍ਰਿਜ 'ਤੇ ਇੱਕ ਟਰੱਕ ਨੂੰ ਤਲਾਸ਼ੀ ਵਾਸਤੇ ਰੋਕਿਆ ਗਿਆ ਜਿਸ ਵਿੱਚੋਂ ਕੋਕੀਨ ਦੇ 115 ਪੈਕਟ ਬਰਾਮਦ ਕੀਤੇ ਗਏ ਜਿਨ੍ਹਾਂ ਦਾ ਕੁੱਲ ਵਜ਼ਨ 275 ਪਾਊਂਡ ਬਣਦਾ ਹੈ। ਟਰੱਕ ਵਿੱਚ ਸਵਾਰ ਦੋ ਜਾਣੇ ਦੀ ਸ਼ਨਾਖਤ ਇਕਬਾਲ ਸਿੰਘ ਵਿਰਕ ਅਤੇ ਰਣਜੀਤ ਸਿੰਘ ਵਜੋਂ ਕੀਤੀ ਗਈ। ਪੁੱਛ ਪੜਤਾਲ ਦੌਰਾਨ ਇਕਬਾਲ ਸਿੰਘ ਵਿਰਕ ਨੇ ਦੱਸਿਆ ਕਿ ਉਹ 7 ਸਾਲਾਂ ਤੋਂ ਟਰੱਕ ਚਲਾ ਰਿਹਾ ਅਤੇ ਅਕਸਰ ਹੀ ਟਰੱਕ ਲੈ ਕੇ ਅਮਰੀਕਾ ਦਾ ਗੇੜਾ ਲਾਉਂਦਾ ਹੈ। ਕਈ ਵਾਰ ਹਫ਼ਤੇ ਵਿੱਚ ਇੱਕ ਗੇੜਾ ਕੈਨੇਡਾ ਤੋਂ ਅਮਰੀਕਾ ਦਾ ਲੱਗ ਹੀ ਜਾਂਦਾ ਹੈ। ਅਧਿਕਾਰੀਆਂ ਵੱਲੋਂ ਇੱਕ ਸੈੱਲ ਫੋਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਜੋ ਟਰੱਕ ਵਿੱਚ ਬਣੇ ਇੱਕ ਲੁਕਵੇਂ ਕੰਪਾਰਟਮੈਂਟ ਨੂੰ ਖੋਲ੍ਹਣ ਅਤੇ ਬੰਦ ਕਰਨ ਲਈ ਵਰਤਿਆ ਜਾਂਦਾ ਸੀ। ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਦਾ ਮੰਨਣਾ ਕਿ ਇਕਬਾਲ ਸਿੰਘ ਵਿਰਕ ਅਤੇ ਰਣਜੀਤ ਸਿੰਘ ਵੱਡੇ ਪੱਧਰ 'ਤੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰ ਰਹੇ ਸੀ ਜਿਸ ਦੇ ਮੱਦੇਨਜ਼ਰ ਦੋਹਾਂ ਵਿਰੁੱਧ ਤਸਕਰੀ ਦੇ ਮਕਸਦ ਨਾਲ ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ ਆਇਦ ਕੀਤੇ ਗਏ ਨੇ। ਅਮਰੀਕਾ ਕੈਨੇਡਾ ਦੇ ਬਾਰਡਰ 'ਤੇ ਪੰਜਾਬੀ ਟਰੱਕ ਡਰਾਈਵਰਾਂ ਦੀ ਇਹ ਕੋਈ ਪਹਿਲੀ ਗ੍ਰਿਫਤਾਰੀ ਨਹੀਂ। ਪਿਛਲੇ ਸਾਲ 60 ਸਾਲ ਦੇ ਰਾਜਕੁਮਾਰ ਮਹਿਮੀ ਨੂੰ 80 ਕਿਲੋ ਕੋਕੀਨ ਤਸਕਰੀ ਮਾਮਲੇ ਵਿੱਚ 15 ਸਾਲ ਦੀ ਸਜ਼ਾ ਸੁਣਾਈ ਗਈ ਪਰ ਇਸੇ ਦੌਰਾਨ ਉਹ ਭਾਰਤ ਫਰਾਰ ਹੋ ਗਿਆ। ਰਾਜਕੁਮਾਰ ਮਹਿਮੀ ਨੂੰ ਨਵੰਬਰ 2017 ਵਿੱਚ ਅਮਰੀਕਾ ਤੋਂ BC ਵਿੱਚ ਦਾਖਲ ਹੁੰਦਿਆਂ ਕਾਬੂ ਕੀਤਾ ਗਿਆ ਸੀ। ਕੈਨੇਡੀਅਨ ਪੁਲਿਸ ਮੁਤਾਬਕ ਰਾਜਕੁਮਾਰ ਮਹਿਮੀ 11 ਅਕਤੂਬਰ 2022 ਨੂੰ ਵੈਨਕੂਵਰ ਦੇ ਇੰਟਰਨੈਸ਼ਨਲ ਏਅਰਪੋਰਟ ਤੋਂ ਭਾਰਤ ਫਰਾਰ ਹੋ ਗਿਆ ਜਿਸ ਦੀ ਗ੍ਰਿਫਤਾਰੀ ਵਾਸਤੇ ਇੰਪੋਰਟਰ ਨੇ ਰੈੱਡ ਨੋਟਿਸ ਵੀ ਜਾਰੀ ਕੀਤਾ। ਇੱਥੇ ਦੱਸਣਾ ਬਣਦਾ ਹੈ ਕਿ ਦਸੰਬਰ 2023 ਵਿੱਚ ਬ੍ਰੈਂਪਟਨ ਦੇ ਮਨਪ੍ਰੀਤ ਸਿੰਘ ਨੂੰ 100 ਪਾਊਂਡ ਸ਼ੱਕੀ ਕੋਕੀਨ ਸਣੇ ਗ੍ਰਿਫਤਾਰ ਕੀਤਾ ਗਿਆ। ਇਹ ਗ੍ਰਿਫਤਾਰੀ ਵੀ ਬਲੂ ਵਾਟਰ ਬ੍ਰਿਜ 'ਤੇ ਕੀਤੀ ਗਈ ਜਿੱਥੇ ਅਮਰੀਕਾ ਦੇ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਵੱਲੋਂ ਨਸ਼ਾ ਤਸਕਰਾਂ ਦੀ ਨਕੇਲ ਕੱਸਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ। ਉੱਥੇ ਹੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੀ ਮੁਸਤੈਦੀ ਨਾਲ ਟਰਾਂਸਪੋਰਟ ਟਰੱਕਸ 'ਤੇ ਨਜ਼ਰ ਰੱਖਦੀ ਹੈ। ਜਨਵਰੀ 2023 ਤੋਂ ਅਕਤੂਬਰ 2023 ਦਰਮਿਆਨ CBSA ਵੱਲੋਂ 1300 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਅਮਰੀਕਾ ਦੇ ਰਸਤੇ ਕੈਨੇਡਾ ਪੁੱਜਣ ਵਾਲੇ ਜ਼ਿਆਦਾਤਰ ਨਸ਼ੀਲੇ ਪਦਾਰਥ ਮੈਕਸੀਕੋ ਵਿੱਚ ਤਿਆਰ ਕੀਤੇ ਜਾਂਦੇ ਨੇ ਅਤੇ ਟਰੱਕ ਡਰਾਈਵਰਾਂ ਨੂੰ ਲਾਲਚ ਦੇ ਕੇ ਇਹਨਾਂ ਦੀ ਤਸਕਰੀ ਕਰਵਾਈ ਜਾਂਦੀ ਹੈ। ਕਈ ਗਰੋਹ ਇਸ ਧੰਦੇ ਵਿੱਚ ਸ਼ਾਮਲ ਨੇ ਅਤੇ ਤਸਕਰੀ ਦੇ ਇਹਨਾਂ ਮਾਮਲਿਆਂ ਵਿੱਚੋਂ ਇੱਕ ਤਹਿਤ ਕੈਲਗਰੀ ਦੇ ਸ਼ੁਭਮ ਕੁਮਾਰ, ਬ੍ਰੈਂਪਟਨ ਦੇ ਗੁਰ ਅਮਰਤ ਸਿੰਘ ਸਿੱਧੂ ਅਤੇ ਆਯੂਸ਼ ਸ਼ਰਮਾ ਦੀ ਹਵਾਲਗੀ ਅਮਰੀਕਾ ਸਰਕਾਰ ਵੱਲੋਂ ਮੰਗੀ ਗਈ। ਮੌਜੂਦਾ ਵਰ੍ਹੇ ਦੌਰਾਨ ਨਸ਼ਾ ਤਸਕਰਾਂ ਨੇ ਹੱਦ ਹੀ ਕਰ ਦਿੱਤੀ ਜਦੋਂ ਨੋਵਾ ਸਕੋਸ਼ੀਆ ਦੇ ਹੈਲੀਫੈਕਸ ਵਿਖੇ 1.5 ਟਨ ਸ਼ੱਕੀ ਕੋਕੇਨ ਬਰਾਮਦ ਕੀਤੀ ਗਈ ਜਿਸ ਦੀ ਅੰਦਾਜ਼ਨ ਕੀਮਤ $19 ਕਰੋੜ ਤੋਂ ਵੱਧ ਬਣਦੀ ਹੈ। ਟਰੂਡੋ ਸਰਕਾਰ ਵੱਲੋਂ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਉਣ ਦੇ ਫੈਸਲੇ ਨੂੰ ਨਿਰੋਲ ਸਿਆਸੀ ਕਰਾਰ ਦਿੰਦਿਆਂ ਕਾਰੋਬਾਰੀਆਂ, ਆਰਥਿਕ ਮਾਹਿਰਾਂ ਅਤੇ ਇਮੀਗ੍ਰੇਸ਼ਨ ਹਮਾਇਤੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਕਿਰਤੀਆਂ ਦੀ ਸਖ਼ਤ ਜ਼ਰੂਰਤ ਹੈ ਅਤੇ ਅਸਲ ਵਿੱਚ ਘੱਟ ਉਜਰਤ ਦਰਾਂ ਵਾਲੀ ਇਹ ਸ਼੍ਰੇਣੀ ਖਤਮ ਹੀ ਕਰ ਦਿੱਤੀ ਜਾਣੀ ਚਾਹੀਦੀ ਹੈ। ਜ਼ਿਆਦਾਤਰ ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਕਿਰਤੀਆਂ ਦੀ ਉਪਲਬਧਤਾ ਉਜਰਤ ਦਰਾਂ ਨੂੰ ਸੁਖਾਵਾਂ ਬਣਾਉਣ ਵਿੱਚ ਮਦਦ ਕਰਦੀ ਹੈ ਅਤੇ ਅਜਿਹਾ ਨਾ ਹੋਣ 'ਤੇ ਉਜਰਤ ਦਰਾਂ ਵਧਣਗੀਆਂ ਅਤੇ ਉਤਪਾਦਕਤਾ ਵਧਾਉਣ ਲਈ ਵਧੇਰੇ ਨਿਵੇਸ਼ ਕਰਨਾ ਹੋਵੇਗਾ। ਕਾਰਲਟਨ ਯੂਨੀਵਰਸਿਟੀ ਵਿੱਚ ਇਕਨੋਮਿਕਸ ਦੇ ਪ੍ਰੋਫੈਸਰ ਕ੍ਰਿਸਟੋਫਰ ਵੋਰਜ਼ਵਿਕ ਦਾ ਕਹਿਣਾ ਸੀ ਕਿ ਜਦੋਂ ਸਰਕਾਰਾਂ ਜਾਂ ਇੰਪਲੋਇਰ ਕਿੱਲਤ ਦੀ ਗੱਲ ਕਰਦੇ ਨੇ ਤਾਂ ਅਸਲ ਵਿੱਚ ਸਪਸ਼ਟ ਨਹੀਂ ਹੁੰਦਾ ਕਿ ਆਖਰਕਾਰ ਉਹ ਕਹਿਣਾ ਕੀ ਚਾਹੁੰਦੇ ਨੇ। ਕੀ ਇਹ ਮਤਲਬ ਕੱਢਿਆ ਜਾ ਸਕਦਾ ਕਿ ਘੱਟ ਉਜਰਤ ਦਰਾਂ 'ਤੇ ਕਿਰਤੀਆਂ ਦੀ ਜ਼ਰੂਰਤ ਹੈ ਅਤੇ ਅਸੀਂ ਵੱਧ ਮੁਲਾਜ਼ਮ ਭਰਤੀ ਕਰ ਸਕਦੇ ਹਾਂ? ਕਿਸੇ ਵੀ ਮੁਲਕ ਦਾ ਅਰਥਚਾਰਾ ਇਸੇ ਗੱਲ 'ਤੇ ਨਹੀਂ ਚੱਲਦਾ। ਲਿਬਰਲ ਸਰਕਾਰ ਵੱਲੋਂ ਹਾਲ ਹੀ ਵਿੱਚ ਕੀਤੇ ਐਲਾਨ ਮਗਰੋਂ ਵੋਰਜ਼ਵਿਕ ਨੇ ਕਿਹਾ ਕਿ ਆਰਜ਼ੀ ਵਿਦੇਸ਼ੀ ਕਾਮਿਆਂ ਦਾ ਵਰਗ ਹੀ ਖਤਮ ਕਰ ਦਿੱਤਾ ਜਾਵੇ ਅਤੇ ਵੱਧ ਉਜਰਤ ਦਰਾਂ ਵਾਲੀ ਸ਼੍ਰੇਣੀ ਨੂੰ ਇਕਨੋਮਿਕ ਇਮੀਗ੍ਰੇਸ਼ਨ ਪ੍ਰੋਗਰਾਮ ਵਿੱਚ ਸ਼ਾਮਲ ਕਰ ਦਿੱਤਾ ਜਾਵੇ। ਦੂਜੇ ਪਾਸੇ ਨਾਮੀ ਆਰਥਿਕ ਮਾਹਿਰ ਮਾਈਕ ਮੌਫਿਟ ਨੇ ਵੀ ਖੇਤੀ ਨੂੰ ਛੱਡ ਕੇ ਬਾਕੀ ਸਾਰੇ ਉਦਯੋਗਿਕ ਖੇਤਰਾਂ ਵਿੱਚੋਂ ਆਰਜ਼ੀ ਵਿਦੇਸ਼ੀ ਕਾਮੇ ਖਤਮ ਕਰਨ ਦੀ ਵਕਾਲਤ ਕੀਤੀ।
ਇਸ ਦੇ ਉਲਟ ਕੈਨੇਡੀਅਨ ਚੈਂਬਰ ਆਫ ਕਾਮਰਸ ਵਿੱਚ ਭਵਿੱਖ ਦੇ ਕਾਰਜਾਂ ਨਾਲ ਸੰਬੰਧਿਤ ਇਕਾਈ ਦੀ ਸੀਨੀਅਰ ਡਾਇਰੈਕਟਰ ਡਾਇਨਾ ਪਾਲਮੈਰਿਨ ਵਲਾਸਕੋ ਦਾ ਕਹਿਣਾ ਸੀ ਕਿ ਅਜਿਹੇ ਕਿਸੇ ਵੀ ਸੁਝਾਅ ਬਾਰੇ ਸਾਵਧਾਨੀ ਵਰਤੇ ਜਾਣ ਦੀ ਜ਼ਰੂਰਤ ਹੈ ਕਿਉਂਕਿ ਇਹ ਗੱਲਾਂ ਅਰਥਚਾਰੇ ਦੀ ਅਸਲੀਅਤ ਨਾਲ ਮੇਲ ਨਹੀਂ ਖਾਂਦੀਆਂ। ਉਹਨਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਬਗੈਰ ਹੁਨਰ ਵਾਲੀਆਂ ਨੌਕਰੀਆਂ ਵਾਸਤੇ ਘੱਟ ਉਜਰਤ ਦਰਾਂ ਨਾਲ ਹੀ ਕੰਮ ਚੱਲ ਸਕਦਾ ਹੈ। ਉਹਨਾਂ ਨੇ ਸਵਾਲ ਉਠਾਇਆ ਕਿ ਕੋਈ ਵੀ ਕਾਰੋਬਾਰੀ ਬਗੈਰ ਹੁਨਰ ਵਾਲੀ ਨੌਕਰੀ ਵਾਸਤੇ ਉੱਚੀ ਉਜਰਤ ਦਰ ਅਦਾ ਕਰਨ ਵਾਸਤੇ ਰਾਜ਼ੀ ਨਹੀਂ ਹੋਵੇਗਾ। ਉੱਧਰ ਵਾਰਸਵਿਕ ਦਾ ਕਹਿਣਾ ਸੀ ਕਿ ਸਿਰਫ ਹੁਨਰ ਦੇ ਆਧਾਰ 'ਤੇ ਇਮੀਗ੍ਰੇਸ਼ਨ ਵੱਲ ਧਿਆਨ ਕੇਂਦਰਿਤ ਕੀਤਾ ਜਾਵੇ, ਕਿਰਤੀਆਂ ਦੀ ਕਿੱਲਤ ਬਾਰੇ ਗੱਲਾਂ ਛੱਡ ਦਿਓ ਅਤੇ ਫਰਮਾਂ ਨੂੰ ਸਾਫ਼ ਕਹਿ ਦਿਓ ਕਿ ਕਿਰਤੀ ਨਹੀਂ ਮਿਲ ਰਹੇ ਤਾਂ ਉਜਰਤ ਦਰਾਂ ਵਿੱਚ ਵਾਧਾ ਕਰ ਲੈਣ, ਅਤੇ ਜਾਂ ਫਿਰ ਜਿਵੇਂ ਪ੍ਰਧਾਨ ਮੰਤਰੀ ਆਖ ਰਹੇ ਨੇ ਕਿ ਆਪਣੇ ਕਿਰਤੀਆਂ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਦਿਓ। ਇੱਥੇ ਦੱਸਣਾ ਬਣਦਾ ਹੈ ਕਿ ਮਹਾਂਮਾਰੀ ਮਗਰੋਂ ਦੁਨੀਆਂ ਦੇ ਹਰ ਕੋਨੇ ਵਿੱਚ ਕਿਰਤੀਆਂ ਦਾ ਸੰਕਟ ਪੈਦਾ ਹੋਇਆ ਅਤੇ ਕੈਨੇਡਾ ਵਿੱਚ ਵਧੇਰੇ ਕਿਰਤੀਆਂ ਨੂੰ ਸੱਦਿਆ ਗਿਆ। ਉਸ ਵੇਲੇ ਦੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਇਮੀਗ੍ਰੇਸ਼ਨ ਟੀਚੇ ਵਧਾਉਣ ਦਾ ਐਲਾਨ ਕੀਤਾ ਤਾਂ ਕੈਨੇਡੀਅਨ ਸੂਬੇ ਦੇ ਹਰ ਪ੍ਰੀਮੀਅਰ ਨੇ ਇਸ ਦਾ ਸਵਾਗਤ ਕੀਤਾ। ਹੁਣ ਬੇਰੁਜ਼ਗਾਰੀ ਦਰ ਮਾਮੂਲੀ ਤੌਰ 'ਤੇ ਵਧੀ ਤਾਂ ਰੌਲਾ ਪੈ ਗਿਆ, ਜਦਕਿ ਅਸਲੀਅਤ ਇਹ ਹੈ ਕਿ ਆਰਜ਼ੀ ਵਿਦੇਸ਼ੀ ਕਾਮੇ ਦੀ ਵੱਡੀ ਗਿਣਤੀ ਖੇਤੀ ਸੈਕਟਰ ਵਿੱਚ ਹੀ ਕੰਮ ਕਰਦੀ ਹੈ। ਓਨਟਾਰੀਓ ਦੇ ਸਕੂਲਾਂ ਵਿੱਚ ਅੱਜ ਤੋਂ ਸੈੱਲ ਫੋਨ 'ਤੇ ਪਾਬੰਦੀ ਲਾਗੂ ਹੋ ਰਹੀ ਹੈ, ਪਰ ਆਲੋਚਕਾਂ ਦਾ ਕਹਿਣਾ ਹੈ ਕਿ ਨਵੇਂ ਨਿਯਮ ਪੂਰੀ ਤਰ੍ਹਾਂ ਸਪਸ਼ਟ ਨਹੀਂ। ਡੱਗ ਫੋਰਡ ਸਰਕਾਰ ਵੱਲੋਂ ਅਪ੍ਰੈਲ ਵਿੱਚ ਨਵੇਂ ਨਿਯਮਾਂ ਦਾ ਐਲਾਨ ਕਰਦੇ ਆ ਕਿੰਡਰਗਾਰਟਨ ਤੋਂ ਗ੍ਰੇਡ 6 ਤੱਕ ਬੱਚਿਆਂ ਨੂੰ ਸੈੱਲ ਫੋਨ ਸਾਇਲੈਂਟ ਅਤੇ ਆਪਣੀ ਪਹੁੰਚ ਤੋਂ ਦੂਰ ਰੱਖਣ ਦੀ ਹਿਦਾਇਤ ਦਿੱਤੀ ਗਈ, ਜਦਕਿ ਗ੍ਰੇਡ 7 ਤੋਂ ਗ੍ਰੇਡ 12 ਤੱਕ ਦੇ ਵਿਦਿਆਰਥੀਆਂ ਨੂੰ ਕਲਾਸ ਦੌਰਾਨ ਫੋਨ ਨਾ ਵਰਤਣ ਵਾਸਤੇ ਆਖਿਆ ਗਿਆ। ਕਲਾਸ ਵਿੱਚ ਸੈੱਲ ਫੋਨ ਤਾਂ ਹੀ ਵਰਤਿਆ ਜਾ ਸਕਦਾ ਜੇ ਕਲਾਸ ਟੀਚਰ ਦੀ ਇਜਾਜ਼ਤ ਹੋਵੇ ਜਾਂ ਵਿਦਿਆਰਥੀ ਦੀਆਂ ਵਿਸ਼ੇਸ਼ ਮੈਡੀਕਲ ਜ਼ਰੂਰਤਾਂ ਹੋਣ। ਬੱਚਿਆਂ ਦਾ ਧਿਆਨ ਪੜ੍ਹਾਈ ਵੱਲ ਕੇਂਦਰਿਤ ਕਰਦੇ ਨਵੇਂ ਨਿਯਮਾਂ ਦਾ ਭਾਵੇਂ ਸਵਾਗਤ ਕੀਤਾ ਗਿਆ, ਪਰ ਟੀਚਰ ਯੂਨੀਅਨ ਦਾ ਕਹਿਣਾ ਹੈ ਕਿ ਨਿਯਮ ਲਾਗੂ ਕਰਨ ਦੇ ਤੌਰ ਤਰੀਕਿਆਂ ਬਾਰੇ ਸਪਸ਼ਟਤਾ ਨਜ਼ਰ ਨਹੀਂ ਆਉਂਦੀ। ਅਧਿਆਪਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਜੇ ਉਹਨਾਂ ਵੱਲੋਂ ਕਿਸੇ ਬੱਚੇ ਦਾ ਫੋਨ ਜ਼ਬਤ ਕਰਨ ਦੀ ਸੂਰਤ ਵਿੱਚ ਗੁੰਮ ਹੋ ਜਾਂਦਾ ਜਾਂ ਨੁਕਸਾਨਿਆ ਜਾਂਦਾ ਤਾਂ ਕੀ ਕਰਨਾ ਹੋਵੇਗਾ। ਸਿਰਫ ਇੰਨਾ ਹੀ ਨਹੀਂ, ਜੇ ਫੋਨ ਖੋਹ ਜਾਣ 'ਤੇ ਵਿਦਿਆਰਥੀ ਹਿੰਸਕ ਹੋ ਜਾਂਦਾ ਤਾਂ ਕੀ ਕੀਤਾ ਜਾਵੇ। ਉੱਧਰ ਸਰਕਾਰ ਦਾ ਕਹਿਣਾ ਹੈ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਦਿਆਰਥੀਆਂ ਨੂੰ ਆਪਣੇ ਫੋਨ ਕਲਾਸਰੂਮ ਤੋਂ ਬਾਹਰ ਰੱਖਣ ਦੀ ਹਿਦਾਇਤ ਦਿੱਤੀ ਜਾ ਸਕਦੀ ਹੈ। ਜੇ ਉਹ ਫਿਰ ਵੀ ਨਹੀਂ ਟਲਦੇ ਤਾਂ ਉਹਨਾਂ ਨੂੰ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਭੇਜ ਦਿੱਤਾ ਜਾਵੇ। ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਓਨਟਾਰੀਓ ਦੇ ਵਾਈਸ ਪ੍ਰੈਜ਼ੀਡੈਂਟ ਡੇਵਿਡ ਮੈਸਟੀਨ ਨੇ ਕਿਹਾ ਕਿ ਉਹਨਾਂ ਦੇ ਮਨ ਵਿੱਚ ਕਈ ਸਵਾਲ ਨੇ, ਆਖਿਰਕਾਰ ਇਹ ਨਿਯਮ ਕਿੰਨੇ ਕਾਰਗਰ ਸਾਬਤ ਹੋਣਗੇ। ਸਵਾਲ ਇਹ ਉੱਠਦਾ ਹੈ ਕਿ ਬੱਚੇ ਨੂੰ ਪ੍ਰਿੰਸੀਪਲ ਦੇ ਕਮਰੇ ਵਿੱਚ ਭੇਜ ਦਿੱਤਾ ਅਤੇ 5 ਮਿੰਟ ਬਾਅਦ ਬੱਚਾ ਮੁੜ ਕਲਾਸ ਵਿੱਚ ਆ ਜਾਵੇਗਾ, ਇਸ ਮਗਰੋਂ ਕੀ ਕੀਤਾ ਜਾਵੇ। ਓਨਟਾਰੀਓ ਸੈਕੰਡਰੀ ਸਕੂਲ ਟੀਚਰਸ ਦੇ ਫੈਡਰੇਸ਼ਨ ਦੀ ਪ੍ਰਧਾਨ ਕੈਰਨ ਲਿਟਲਵੁੱਡ ਨੇ ਕਿਹਾ ਕਿ ਉਹ ਅਧਿਆਪਕਾਂ 'ਤੇ ਪੈਣ ਵਾਲੇ ਬੋਝ ਨੂੰ ਲੈ ਕੇ ਚਿੰਤਿਤ ਨੇ। ਅਧਿਆਪਕਾਂ ਦੀਆਂ ਚਿੰਤਾਵਾਂ ਦਰਮਿਆਨ ਸਿੱਖਿਆ ਮੰਤਰੀ ਜਿਲ ਡਨਲੋਪ ਨੇ ਕਿਹਾ ਕਿ ਨਵੇਂ ਨਿਯਮਾਂ ਨਾਲ ਘੱਟੋ ਘੱਟ ਮਿਆਰ ਵੀ ਤੈਅ ਕੀਤੇ ਗਏ ਜਿਨ੍ਹਾਂ ਰਾਹੀਂ ਅਧਿਆਪਕਾਂ ਅਤੇ ਪ੍ਰਿੰਸੀਪਲ ਨੂੰ ਆਪਣੀ ਕਾਰਵਾਈ ਕਰਨ ਵਿੱਚ ਮਦਦ ਮਿਲੇਗੀ। ਉਹਨਾਂ ਕਿਹਾ ਕਿ ਸਾਡੇ ਸਕੂਲਾਂ ਦੀਆਂ ਕਲਾਸਾਂ ਵਿੱਚ ਸੱਭਿਆਚਾਰਕ ਤਬਦੀਲੀ ਹੋਣ ਜਾ ਰਹੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਦੇ ਕਈ ਰਾਜਾਂ ਵਿੱਚ ਸਕੂਲੀ ਵਿਦਿਆਰਥੀਆਂ ਦੇ ਸੈੱਲ ਫੋਨ 'ਤੇ ਪਾਬੰਦੀ ਲਾਈ ਜਾ ਰਹੀ ਹੈ, ਜਿਨ੍ਹਾਂ ਵਿੱਚ BC ਸਸਕੈਚਵਨ ਸ਼ਾਮਲ ਨੇ, ਜਦਕਿ ਮੈਨੀਟੋਬਾ, ਐਲਬਰਟਾ, ਕਿਊਬੈਕ ਅਤੇ ਨੋਵਾ ਸਕੋਸ਼ੀਆ ਵਿੱਚ ਵੀ ਤਿਆਰੀ ਚੱਲ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਸਟੀਲ ਕਾਰਖਾਨੇ ਦੇ ਮੁਲਾਜ਼ਮ ਨੇ ਉਹਨਾਂ ਨਾਲ ਹੱਥ ਮਿਲਾਉਣ ਤੋਂ
ਸਾਫ਼ ਨਾ ਕਰ ਦਿੱਤੀ ਅਤੇ ਉੱਚੀਆਂ ਟੈਕਸ ਦਰਾਂ ਦੇ ਮਸਲੇ 'ਤੇ ਦੋਹਾਂ ਵਿਚਾਲੇ ਬਹਿਸ ਵੀ ਹੋਈ। ਸਟੀਲ ਵਰਕਰ ਨੇ ਟਰੂਡੋ ਦੇ ਮੂੰਹ 'ਤੇ ਆਖ ਦਿੱਤਾ ਕਿ ਤੁਹਾਡੀ ਨੀਤੀਆਂ ਕਾਰਨ ਸਾਡਾ ਪਰਿਵਾਰ ਆਪਣੀਆਂ ਰੋਜ਼ਾਨਾ ਜ਼ਰੂਰਤਾਂ ਵਾਸਤੇ ਸੰਘਰਸ਼ ਕਰ ਰਿਹਾ ਹੈ। ਓਂਟਾਰੀਓ ਦੇ ਸੁਸੈਂਟ ਮਰੀ ਸ਼ਹਿਰ ਵਿੱਚ ਵਾਪਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਬੇਹੱਦ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਟਰੂਡੋ ਸਟੀਲ ਦੇ ਕਾਰਖਾਨਿਆਂ ਦੇ ਕਾਮਿਆਂ ਕੋਲ ਜਾ ਕੇ ਡੋਨਟਸ ਦੀ ਪੇਸ਼ਕਸ਼ ਕਰਦੇ ਨੇ, ਪਰ ਇੱਕ ਅਣਪਛਾਤਾ ਕਿਰਤੀ ਪੇਸ਼ਕਸ਼ ਨੂੰ ਠੁਕਰਾਉਂਦਿਆਂ ਉੱਚੀਆਂ ਟੈਕਸ ਦਰਾਂ ਅਤੇ ਮੈਡੀਕਲ ਬਿੱਲਾਂ ਦੀ ਸ਼ਿਕਾਇਤ ਕਰਨ ਲੱਗਦਾ ਹੈ। ਐਲਗੋਮਾ ਸਟੀਲ ਦੇ ਮੁਲਾਜ਼ਮ ਵੱਲੋਂ ਕੀਤੀ ਟਿੱਪਣੀ ਦੇ ਜਵਾਬ ਵਿੱਚ ਜਸਟਿਨ ਟਰੂਡੋ ਕਹਿੰਦੇ ਨੇ ਕਿ ਤੁਹਾਡਾ ਰੁਜ਼ਗਾਰ ਕਾਇਮ ਰੱਖਣ ਲਈ ਅਸੀਂ ਵਿਦੇਸ਼ੀ ਇਸਪਾਤ ਅਤੇ ਟੈਕਸ ਦਰਾਂ ਵਿੱਚ ਵਾਧਾ ਕੀਤਾ, ਪਰ ਇਸੇ ਦੌਰਾਨ ਮੁਲਾਜ਼ਮ ਕਹਿੰਦਾ ਹੈ ਕਿ ਉਹਨਾਂ 40% ਟੈਕਸਾਂ ਬਾਰੇ ਕੀ ਕਹਿਣਾ ਚਾਹੋਗੇ ਜੋ ਮੈਂ ਅਦਾ ਕਰ ਰਿਹਾ ਅਤੇ ਮੇਰੇ ਕੋਲ ਡਾਕਟਰ ਸਹੂਲਤ ਵੀ ਨਹੀਂ। ਇਸ ਮਗਰੋਂ ਟਰੂਡੋ ਜਵਾਬ ਦਿੰਦੇ ਨੇ ਕਿ ਕੈਨੇਡਾ ਸਰਕਾਰ ਵੱਲੋਂ ਕਰੋੜਾਂ ਡਾਲਰ ਦਾ ਨਿਵੇਸ਼ ਤੁਹਾਡੀ ਨੌਕਰੀ ਕਈ ਸਾਲ ਤੱਕ ਕਾਇਮ ਰੱਖਣ ਵਿੱਚ ਮਦਦ ਕਰੇਗਾ। ਟਰੂਡੋ ਦੀ ਗੱਲ ਖਤਮ ਨਹੀਂ ਹੁੰਦੀ ਕਿ ਮੁਲਾਜ਼ਮ ਕਹਿੰਦਾ ਹੈ ਕਿ ਉਸ ਨੂੰ ਉਮੀਦ ਹੈ ਕਿ ਟਰੂਡੋ ਸੱਤਾ ਤੋਂ ਲਾਂਭੇ ਹੋ ਜਾਣਗੇ। ਪ੍ਰਧਾਨ ਮੰਤਰੀ ਮੁੜ ਜਵਾਬ ਦਿੰਦੇ ਨੇ ਕਿ ਚੋਣਾਂ ਇਸੇ ਵਾਸਤੇ ਹੁੰਦੀਆਂ ਨੇ, ਲਿਬਰਲ ਸਰਕਾਰ ਚਾਹੁੰਦੀ ਹੈ ਕਿ ਹਰ ਵੋਟਰ ਆਪਣੇ ਹੱਕ ਦੀ ਵਰਤੋਂ ਕਰੇ ਅਤੇ ਅਸੀਂ ਤੁਹਾਡੇ ਵਾਸਤੇ ਅਤੇ ਤੁਹਾਡੀ ਨੌਕਰੀ ਵਾਸਤੇ ਨਿਵੇਸ਼ ਕਰ ਰਹੇ ਹਾਂ। ਪ੍ਰਧਾਨ ਮੰਤਰੀ ਦੀ ਇਸ ਟਿੱਪਣੀ ਮਗਰੋਂ ਸਟੀਲ ਵਰਕਰ ਕਹਿੰਦਾ ਹੈ ਕਿ ਮੈਂ ਤੁਹਾਡੇ ਉੱਤੇ ਇੱਕ ਪਲ ਵਾਸਤੇ ਵੀ ਯਕੀਨ ਨਹੀਂ ਕਰ ਸਕਦਾ। ਟਰੂਡੋ ਜਦੋਂ ਆਪਣੀ ਸਰਕਾਰ ਵੱਲੋਂ ਆਰੰਭੀ ਡੈਂਟਲ ਕੇਅਰ ਯੋਜਨਾ ਦਾ ਜ਼ਿਕਰ ਕਰਨ ਲੱਗਦੇ ਨੇ ਤਾਂ ਸਟੀਲ ਵਰਕਰ ਕਹਿੰਦਾ ਹੈ ਕਿ ਉਸਦੇ ਪਰਿਵਾਰ ਨਾਲੋਂ ਬਿਹਤਰ ਅਤੇ ਕਿਫਾਇਤੀ ਹੈਲਥ ਕੇਅਰ ਸਹੂਲਤ ਬੇਰੁਜ਼ਗਾਰ ਕੈਨੇਡੀਅਨਸ ਨੂੰ ਮਿਲ ਰਹੀ ਹੈ। ਇਸੇ ਦੌਰਾਨ ਟਰੂਡੋ ਸਟੀਲ ਵਰਕਰ ਨੂੰ ਸ਼ੁਭ ਇੱਛਾਵਾਂ ਦਿੰਦੇ ਹੋਏ ਉੱਥੋਂ ਰਵਾਨਾ ਹੋ ਜਾਂਦੇ ਨੇ। ਇੱਥੇ ਦੱਸਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ ਨੇ 17 ਜੁਲਾਈ ਨੂੰ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ ਸੀ ਕਿ ਜਦੋਂ ਤੱਕ ਕੈਨੇਡਾ ਵਾਸੀਆਂ ਦੀ ਜੇਬ 'ਤੇ ਬੋਝ ਨਹੀਂ ਘਟਦਾ ਅਤੇ ਮੋਰਗੇਜ ਦੀਆਂ ਦਰਾਂ ਸਸਤੀਆਂ ਨਹੀਂ ਹੁੰਦੀਆਂ ਉਦੋਂ ਤੱਕ ਫਰਜ਼ ਪੂਰਾ ਨਹੀਂ ਸਮਝਿਆ ਜਾ ਸਕਦਾ। ਕੈਨੇਡਾ ਵਿੱਚ ਅਗਲੀਆਂ ਆਮ ਚੋਣਾਂ ਅਕਤੂਬਰ 2025 ਵਿੱਚ ਹੋਣਗੀਆਂ, ਪਰ ਸਿਆਸੀ ਮਾਹਰਾਂ ਮੁਤਾਬਕ ਘੱਟ ਗਿਣਤੀ ਲਿਬਰਲ ਸਰਕਾਰ ਉਸ ਤੋਂ ਪਹਿਲਾਂ ਹੀ ਡਿੱਗ ਸਕਦੀ ਹੈ।